ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਅਸੀਂ ਆਏ ਜੀ ਪਿੰਡ ਮਾਲਗਿੱਲ, ਜਿਹੜਾ ਕਿ ਨਵੇਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਪੈਂਦਾ ਆ। ਅੱਜ ਅਸੀਂ ਇੱਕ ਅਲੱਗ ਜਿਹੀ ਵੀਡੀਓ ਬਣਾ ਰਹੇ ਹਾਂ ਅਤੇ ਅੱਜ ਅਸੀਂ ਪਿੰਡ ਮਾਲਗਿੱਲ ਤਾਂ ਆਏ ਹਾਂ ਜੀ, ਸਾਡੇ ਇੱਥੇ ਇੱਕ NRI ਸੱਜਣ ਆਇਆ ਜੀ, ਜਿਨ੍ਹਾਂ ਨੇ ਆਪਣੇ ਬੇਟੇ ਦੀ ਯਾਦ ਦੇ ਵਿੱਚ ਪਿੰਡ ਵਾਲਿਆਂ ਨੂੰ ਇੱਕ ਸਪੋਰਟਸ ਕਲੱਬ ਸਮਰਪਿਤ ਕੀਤਾ ਆ, ਔਰ ਆਉਣ ਵਾਲੀ ਪੀੜ੍ਹੀ ਲਈ ਜਿਹੜੀ ਕਿ ਨਸ਼ਿਆਂ ਤੋਂ ਬਚ ਜਾਵੇ, ਉਹਨਾਂ ਦੇ ਬੜੋਤਰੀ ਲਈ ਜਾਂ ਉਹਨਾਂ ਦੇ ਸੋਹਣੇ ਭਵਿੱਖ ਲਈ ਉਹਨਾਂ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਆ ਕਿ ਆਪਣੇ ਪਿੰਡ ਦੇ ਵਿੱਚ ਇੱਕ ਬੇਟੇ ਦੀ ਯਾਦ ਦੇ ਵਿੱਚ ਹੈਲਥ ਕਲੱਬ ਪਿੰਡ ਨੂੰ ਡੋਨੇਟ ਕੀਤਾ ਆ ਪਿੰਡ ਵਾਲੇ ਆਉਣ ਵਾਲੀ ਯੁਵਾ ਪੀੜ੍ਹੀ ਲਈ ਜੀ। ਤਾਂ ਅੱਜ ਅਸੀਂ ਉਹੀ ਕੈਪਚਰ ਕਰਨ ਆਏ ਹਾਂ, ਬਾਕੀ ਅਸੀਂ ਅੱਜ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇਸ ਵੇਲੇ ਸਾਡੇ ਨਾਲ ਜੀ ਵਰਕਿੰਗ ਕਮੇਟੀ ਦੇ ਕੁਛ ਮੈਂਬਰ ਸੱਜਣ ਵੀਰ ਬੈਠੇ ਆ ਜੀ, ਅਸੀਂ ਉਹਨਾਂ ਦਾ ਵਿਊ ਲੈਂਦੇ ਹਾਂ, ਉਹਨਾਂ ਦੇ ਕੋਲ ਪੁੱਛਦੇ ਹਾਂ ਜੀ ਕਿ ਇਸ ਵੇਲੇ ਜਿੱਦਾਂ ਉਹਨਾਂ ਦੀ ਕੀ ਸੋਚ ਰਹੀ ਆ, ਕਿ ਉਹਨਾਂ ਨੇ ਕੀ ਸੋਚ ਕੇ ਇਹ ਜਿਹੜਾ ਸਾਡਾ ਜਿੰਮ ਆ ਜਿਹੜਾ ਪਿੰਡ ਦੇ ਵਿੱਚ ਬਣਾਇਆ ਆ, ਆਉਣ ਵਾਲੀ ਪੀੜ੍ਹੀ ਲਈ ਉਹਨਾਂ ਦਾ ਕੀ ਸੁਨੇਹਾ ਆ ਜੀ। ਸਾਨੂੰ ਪਹਿਲਾਂ ਅਸੀਂ ਨਾਲ ਜੀ ਨਾਲ ਗੱਲ ਕਰਦੇ ਹਾਂ, ਇਹਨਾਂ ਤੋਂ ਇਹਨਾਂ ਦਾ ਵਿਊ ਲੈਂਦੇ ਹਾਂ ਜੀ। ਸਤਿ ਸ਼੍ਰੀ ਅਕਾਲ ਨਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਆਪਣਾ ਨਾਂ ਦੱਸਿਓ ਜੀ ਪਹਿਲਾਂ। ਮੇਰਾ ਨਾਮ ਸੁਰਜੀਤ ਸਿੰਘ ਮਾਹਲ ਹੈ ਅਤੇ ਅਸੀਂ ਇਹ ਜਿਮ ਬਣਾਇਆ ਸੀ ਬੱਚਿਆਂ ਦੇ ਲਈ ਜੀ, ਸਪੈਸ਼ਲੀ ਫੈਸਿਲਿਟੀ ਦੇਣ ਲਈ ਤਾਂ ਕਿ ਉਹ ਇੱਧਰ ਨੂੰ ਸਪੋਰਟ ਵਿੱਚ ਲੱਗਣ ਅਤੇ ਡਰੱਗ ਤੋਂ ਬੁਰੀਆਂ ਨਸ਼ਿਆਂ ਤੋਂ ਬਚਣ ਜੀ। ਇਹੀ ਸਪੈਸ਼ਲੀ ਸਾਡਾ ਤਾਂ ਉੱਧਰ ਸਾਰਿਆਂ ਦਾ, ਖਾਸ ਕਰ NRI ਜਿਹੜੇ ਸਾਡੇ ਸੱਜਣ ਮਿੱਤਰ ਆ ਜੀ, ਉਹਨਾਂ ਦਾ ਇਹੀ ਮੋਟੋ ਆ ਕਿ ਆਉਣ ਵਾਲੀ ਪੀੜ੍ਹੀ ਜਿਹੜੀ ਸਾਡੀ ਆ ਉਹ ਨਸ਼ਿਆਂ ਤੋਂ ਬਚ ਸਕੇ। ਬਸ ਇਹੀ ਮੇਨ ਸਾਡਾ ਏਮ ਸੀਗਾ। ਔਰ ਛੋਟੇ ਛੋਟੇ ਬੱਚੇ ਇੱਥੇ ਪਾਰਟ ਲੈ ਰਹੇ ਆ, ਜਦੋਂ ਉਹਨਾਂ ਨੂੰ ਇਸ ਗੇਮ ਦੇ ਵਿੱਚ ਇਹ ਸਵਾਦ ਆ ਗਿਆ ਅਤੇ ਉਹ ਪਿੱਛੇ ਨਹੀਂ ਹਟਣ ਲੱਗੇ, ਡਰੱਗ ਵਾਲਾ ਨਹੀਂ ਜਾਂਦੇ। ਸਾਡਾ ਇਹੀ ਏਮ ਹੈ। ਇਹ ਬਹੁਤ ਵਧੀਆ ਇੱਕ ਸ਼ਲਾਘਾਯੋਗ ਕੰਮ ਆ ਜੀ ਕਿ ਸਾਡੇ ਜਿਹੜੇ NRI ਭਰਾ ਆ ਜਿਹੜੇ ਵੀ ਪਿੰਡਾਂ ਦੇ ਵਿੱਚ ਹੋਇਆ ਜੀ, ਖਾਸ ਕਰਕੇ ਚਲੋ ਅਸੀਂ ਤੁਹਾਡਾ ਜਿੰਮ ਦੇਖਿਆ, ਬਹੁਤ ਸੋਹਣਾ ਮੇਨਟੇਨ ਹੋਇਆ ਜੀ ਇਹ, ਤਾਂ ਕਾਫੀ ਮੁੰਡੇ ਵੀ ਅਸੀਂ ਦੇਖਿਆ, ਨੌਜਵਾਨ ਪੀੜ੍ਹੀ ਬਹੁਤ ਮਿਹਨਤ ਕਰਨ ਆ ਰਹੀ ਹੈ ਜੀ। ਤਾਂ ਸਰਦਾਰ ਜੀ ਆਪਣਾ ਨਾਂ ਦੱਸਿਓ ਅਤੇ ਤੁਸੀਂ ਵੀ ਆਪਣਾ ਕੁਛ ਦੱਸਿਓ ਜੀ। ਮੇਰਾ ਨਾਮ ਧਨਵੰਤ ਸਿੰਘ ਆ ਜੀ, ਮੈਂ ਕੈਲੀਫੋਰਨੀਆ ਰਹਿ ਰਿਹਾ ਜੀ। ਅਸੀਂ ਸਪੋਰਟ ਲਈ ਮਦਦ ਕਰਾਂਗੇ ਜਿੰਨੀ ਸਤ ਹੋ ਸਕੇ ਜੀ। ਠੀਕ ਹੈ ਜੀ। ਤਾਂ ਹੋਰ ਤੁਹਾਡਾ ਆਉਣ ਵਾਲੇ ਫਿਊਚਰ ਦੇ ਵਿੱਚ ਕੀ ਪਲਾਨ ਹੈ ਜੀ ਤੁਹਾਡਾ? ਬਸ ਇਹ ਵੀ ਜਿਹੜੀ ਨਵੇਂ ਪੀੜ੍ਹੀ ਆ ਜੀ, ਉਹ ਨਸ਼ਿਆਂ ਤੋਂ ਬਚੇ, ਐਕਸਰਸਾਈਜ਼ ਕਰੇ, ਵਧੀ ਸਿਹਤ ਬਣਾਵੇ, ਖਾਣਾ ਪਾਣਾ ਵਧੀਆ ਖਾਵੇ ਜੀ। ਹਾਂਜੀ ਹਾਂਜੀ। ਤਾਂ ਹੁਣ ਸਾਡੇ ਨਾਲ ਸਰਬਜੀਤ ਭਾਅ ਜੀ ਆ, ਤਾਂ ਅਸੀਂ ਸਰਬਜੀਤ ਭਾਅ ਜੀ ਹੁਣਾਂ ਦੇ ਵੀ ਥੋੜ੍ਹੇ ਜਿਹੇ ਵਿਚਾਰ ਜਾਣਨ ਦੀ ਕੋਸ਼ਿਸ਼ ਕਰਾਂਗੇ। ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਆਪਣਾ ਵੀ ਦੱਸਿਓ, ਤੁਹਾਡੇ ਕੀ ਵਿਚਾਰ ਹੈ ਜੀ ਇਸ ਬਾਰੇ ਜੀ? ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਂਝਾ ਦੇਸ਼ ਪੰਜਾਬ ਦਾ ਜਾਂ ਜਿਹੜਾ ਚੈਨਲ ਆ ਉਹਨੂੰ ਮੁਬਾਰਕ ਦੇਣਾ, ਤੁਸੀਂ ਇੱਥੇ ਆਏ ਹੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਸ਼ੁਕਰੀਆ। ਅਤੇ ਇਹ ਵੀਰ ਜੀ, ਅਸੀਂ ਕੁਛ ਭਰਾਵਾਂ ਨੇ ਵੀਰਾਂ ਨੇ ਰਲ ਕੇ ਸੋਚਿਆ ਸੀ ਕਿ ਇੱਕ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਸਪੋਰਟਸ ਸੈਂਟਰ ਜਿਹੜਾ ਆ ਉਹ ਜ਼ਰੂਰ ਬਣਾਇਆ ਜਾਵੇ। ਅਤੇ ਉਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਸਾਰੇ ਹੀ ਵੀਰਾਂ ਦਾ ਜਿਹੜੇ ਸਾਡੇ ਪਿੰਡ ਤੋਂ ਨੇ ਔਰ ਉਹਨਾਂ ਦਾ ਵੀ ਧੰਨਵਾਦ ਕਰੂੰਗਾ, NRI ਚਾਹੇ ਪਿੰਡ ਤੋਂ ਨੇ ਅਤੇ ਉਸ ਤੋਂ ਬਾਅਦ ਜਿੰਨੇ ਵੀ ਸਾਡੇ, ਬੇਸ਼ੱਕ ਉਹ ਸਾਡੇ ਪਿੰਡ ਦੇ ਵਸਨੀਕ ਨਹੀਂ ਪਰ ਉਹ ਵੀ ਸਾਡੇ, ਉਹਨਾਂ ਦਾ ਬੜਾ ਸਹਿਯੋਗ ਆ ਦੋਸਤਾਂ ਮਿੱਤਰਾਂ ਸਾਰਿਆਂ ਦਾ, ਉਹਨਾਂ ਦਾ ਸਾਰਿਆਂ ਦਾ ਤਹਿ ਦਿਲੋਂ ਮੈਂ ਹੱਥ ਜੋੜ ਕੇ ਸਾਰਿਆਂ ਦਾ ਧੰਨਵਾਦ ਕਰਦਾ। ਅਤੇ ਬਾਕੀ ਸਾਡੀ ਜਿਹੜੀ ਸੋਚ ਬਾਰੇ ਤੁਸੀਂ ਵੀਰ ਜੀ ਪੁੱਛਿਆ, ਉਹ ਇਸ ਤਰ੍ਹਾਂ ਆ, ਅਸੀਂ ਇਸ 'ਚ ਸਪੋਰਟਸ ਨੂੰ ਲੈ ਕੇ ਤੁਰੇ ਹਾਂ ਵੀ ਜਿਹੜਾ ਯੂਥ ਆ ਉਹਨੂੰ ਕਿਵੇਂ ਬਚਾਇਆ ਜਾਵੇ ਅਤੇ ਆਉਣ ਵਾਲੀ ਜਨਰੇਸ਼ਨ ਨੂੰ ਕਿੱਦਾਂ ਸਾਂਭਿਆ ਜਾਵੇ ਅਤੇ ਨਸ਼ਿਆਂ ਨੂੰ ਕਿੱਦਾਂ ਠੱਲ ਪਾਈ ਜਾਵੇ। ਸੋ ਇਹ ਸਾਰਿਆਂ ਨੇ ਵੀਰਾਂ ਨੇ ਰਲ ਕੇ ਇੱਕ ਉਪਰਾਲਾ, ਖੁਸ਼ੀ ਵਾਲੀ ਗੱਲ ਇਹ ਆ, ਚਲੋ ਇਹ ਜਿਹੜਾ ਸਪੋਰਟਸ ਸੈਂਟਰ ਆ ਜੋ ਇਹ ਜੈਮਿਆਂ ਰਵਿੰਦਰ ਸਿੰਘ ਮੈਮੋਰੀਅਲ ਸਾਡੇ ਪਿੰਡ ਵਿੱਚ ਆ, ਪਰ ਇਹ ਸਾਰੇ ਹੀ ਜ਼ਿਲ੍ਹੇ ਦਾ ਕੋਈ ਵੀ ਕਿਤੋਂ ਵੀ ਆ ਕੇ ਆਪਣਾ ਕਿਸੇ ਵੀ ਪਿੰਡ ਤੋਂ ਆ ਕੇ ਆਪਣੀ ਕਸਰਤ, ਚਾਹੇ ਉਹ ਵਾਲੀਬਾਲ ਖੇਡਣਾ ਆ, ਦੇਸੀ ਕੁਸ਼ਤੀ ਲਈ ਅਖਾੜਾ ਆ, ਜਿੰਮ ਲਾਉਣਾ ਆ, ਅਤੇ ਚਾਹੇ ਰੈਸਲਿੰਗ ਦੇ ਉੱਤੇ ਕਿਸੇ ਨੇ ਪ੍ਰੈਕਟਿਸ ਕਰਨੀ ਆ, ਮੋਸਟ ਵੈਲਕਮ ਹੈ। ਠੀਕ ਹੈ, ਥੈਂਕ ਯੂ। ਵੈਸੇ ਵੀ ਜਿਹੜਾ ਮਾਲਗਿੱਲ ਆਇਆ ਇਹ ਭਲਵਾਨਾ ਦੇ ਪਿੰਡ ਤੋਂ ਬਹੁਤ ਮਸ਼ਹੂਰ ਹੋਇਆ ਜੀ। ਹਾਂਜੀ, ਇਹ ਆਪਣੇ ਮਾੜਾ ਦੱਸਿਓ ਉਹਨਾਂ ਕੀ ਨਾਂ ਸੀ ਭਲਵਾਨ ਜੀ ਜਿਹੜੇ ਇੱਥੋਂ? ਦੇਖੋ ਇੱਥੋਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਧੰਨਾ ਸਿੰਘ ਪਹਿਲਵਾਨ ਬਹੁਤ ਤਕੜੇ ਹੋਏ ਆ ਅਤੇ ਉਹਨਾਂ ਦਾ ਬੜਾ ਯੋਗਦਾਨ ਰਿਹਾ। ਉਸ ਤੋਂ ਬਾਅਦ ਵੀ ਆ ਬਲਦੇਵ ਸਿੰਘ ਆ, ਨਰਿੰਦਰ ਸਿੰਘ ਬੱਲੀ ਜਿਨ੍ਹਾਂ ਨੂੰ ਕਿਹਾ ਜਾਂਦਾ, ਹੋਰ ਵੀ ਉਸ ਤੋਂ ਬਾਅਦ ਸਾਤੋਂ ਕਈ ਬਾਅਦ ਸਾਤੋਂ ਛੋਟੇ ਨੇ ਅਤੇ ਉਹਨਾਂ ਦਾ ਵੀ ਯੋਗਦਾਨ ਬਹੁਤ ਰਿਹਾ ਅਤੇ ਪਹਿਲਵਾਨੀ ਦੇ ਵਿੱਚ। ਅਤੇ ਆਸ ਕਰਦੇ ਹਾਂ ਅਤੇ ਆਉਣ ਵਾਲੇ ਸਮੇਂ ਦੇ ਮੁੜ ਕੇ ਫਿਰ ਇਸ ਨੂੰ ਅਸੀਂ ਉਸੇ ਤਰ੍ਹਾਂ ਪ੍ਰਫੁਲਿਤ ਕਰੀਏ ਜੀ। ਬਹੁਤ ਸ਼ੁਕਰੀਆ ਜੀ। ਤਾਂ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਤੁਹਾਡੇ ਵੱਲੋਂ ਕੀ ਨਵੇਂ ਨਵੇਂ ਕੋਈ ਉਪਰਾਲੇ ਜਾਂ ਬੱਚਿਆਂ ਦੇ ਫਿਊਚਰ ਲਈ ਕੁਛ ਹੋਰ ਕੋਈ ਹੈਗਾ ਤੁਹਾਡੇ ਪਲੈਨਿੰਗ ਦੇ ਵਿੱਚ ਜੀ? ਦੇਖੋ ਇਸ ਚੀਜ਼ ਨੂੰ ਲੈ ਕੇ ਅਸੀਂ ਇਹਨੂੰ ਪਹਿਲਾਂ ਤਾਂ ਪੂਰਾ ਰੱਖਾਂਗੇ, ਅਸੀਂ ਚਲਾਵਾਂਗੇ ਸਹੀ ਤਰੀਕੇ ਦੇ ਨਾਲ, ਪੂਰੇ ਅਨੁਸ਼ਾਸਨ ਦੇ ਨਾਲ, ਜਿਸ ਤਰ੍ਹਾਂ ਕਿ ਸਾਰਾ ਇਹਦਾ ਕੰਟਰੋਲ ਜਿਹੜਾ ਸਾਡਾ ਉੱਥੋਂ
हो रहा है, उत्थे बैठ के असीं सारा कंट्रोल कर रहे, कैमरा सिस्टम लगे हुए ने, तो वध तो वध कोशिश कर रहे हैं भी बच्चों किसी भी फील्ड दे विच जाना होवे, उन्हां दी इच्छा आ, चाहे उन्होंने फुटबॉल खेलना आ जां वॉलीबॉल खेलना आ, रस्साकशी की टीम भी हैगी आ, बॉडी बिल्डिंग च मुंडे ने भाग लिया एक ने दो वारी, सो अखाड़ा आ किसी भी फील्ड दे विच जाना आ उहदा हैगा, मोस्ट वेलकम आ के अपनी कसरत करन इत्थे। ये तो थोड़ा सारा थोड़ा NRI वीर पिंड बंद भी सहयोग आ, तो सरकार वालों की कुछ उम्मीद रखते कि सरकार वालों भी कोई हैल्प हो कि आने वाली पीढ़ी या थोड़े? देखो उम्मीद तो आप सारे ही रखते हैं, है ना, कोई भी सरकार आवे हर आप उम्मीद आस होंगी है सानू, पर यही कह सकते हैं हजे तक दे सानू नहीं कोई इस तरह का उपराला नहीं होया, अगर कोई सरकार कर दी है तो जरूर धन्यवाद करांगे। हाँ जी, हाँ जी, जे थोड़ा तो बहुत शलाघा जो काम है जी, तुसी अपने पद्धर से जिनी भी तुसी कर सकते हैं तुसी बहुत सोहनी अपने वालों कर रहे हैं, तो कुछ सरकारां दा भी रोल होंदा कि जे मुंडा कोई जिद्दां तुहाडे जिम दे विचों कोई सोहना निकलता चाहे किसी भी फील्ड च वा, उन्होंने भी चाहिए कि गवर्नमेंट भी चाहिए कि उस मुंडे नूं उपर चकन ताकि बाकी जिहड़े होर मेहनत कर रहे उन्हां दा भी हौसला अफजाई होवे। हाँ जी, सही कहा तुसीं वीर जी। सो देखो जिहड़ा चैंपियन बनना जां मैडल लैणे आ ये बाद दीआं गल्लां, मेरे ख्याल दे विच पहलां एक चंगे इंसान बनना बहुत जरूरी है, है ना, जदों तक तुसीं एक चंगे वधिया इंसान ही नहीं बनते उदों तक वो जिहड़ियां चीज़ां ये बहुता मायने नहीं रखाउंदियां। खैर हुंदा भी आ, सानू भी आस आ, कुछ मुंडे साडे कोल है भी आ, ते कुछ बच्चियां नूं मैं देखदा आ उहनां दे विच टैलेंट हैगा आ, आस रखदे आ, पर उहदे नाल नाल मैं ये चीज़ भी जरूर देखदा कि एजुकेशन दा होना, हुण उह समां नहीं रहा भी नहीं पढ़ना तो भलवानी कर लो, नहीं, उहदे नाल एजुकेशन दा होना बहुत जरूरी आ, ते एजुकेशन तो बिना भी कुछ नहीं, एजुकेशन जरूरी आ, उहदे नाल स्पोर्ट्स बहुत जरूरी आ, ते वो फिर ही ये चीज़ा सोहनिया सारिया लगदिया है कि एक जड़ा है बच्चे दे विच संस्कार होने, उस्तादां दी रिस्पैक्ट करनी, और उस्तादां दा कोचां दा भी बहुत बड़ा रोल हुंदा इहदे विच कि उन्हां दी बहुत वड्डी जिम्मेवारी हुंदी है। देखो ये सारा ही एक टीम वर्क आ, तो आप टीम वर्क रल के सारा ही ये कर रहे हैं जिस तरह। हाँ जी वीर जी, बहुत बहुत मेहरबानी जी थोड़ी, तो अंकल जी भी थोड़ा जिहा विचार दसो जी अपने, मैं जी अकबर शेख इस पिंड तो ही, तो मैनू तकरीबन 9 साल हो गए इतने आंदू, मैं बाहर से मेरा एक्सीडेंट हो गया से, इस करके मेरा टाइम पास हों, तेरा मन भी उधर पा, तो उदो तो हूँ का बहुत फर्क आ, उदो बहुत घट बंदे आते थे, ये आप हूँ रौनक भी हो गई हैं, देखो देखी आ भी रहे हैं, सारे का योगदान ही है जी वे करके ही। हाँ जी, हाँ जी, तो मन बड़ा खुश हों, जब छोटे बच्चे देखो आ रहे हैं। हाँ जी, मैं देखे बहुत, हाँ उन्होंने भी बहुत यानी कि उत्साह आ। हाँ जी, हाँ जी, छोटे बच्चे बहुत आने औखे है जी। हाँ जी, हाँ जी, तो बाकी जिम दी बहुत तरक्कियां हो रही हैं, डबल स्टोरी हो गया जी, जी, जी। पार्क बन गया जिम, वॉलीबॉल की ग्राउंड है उधर खड़ा है, तो उपर मैट भी अच्छा है। एक आने वाली पीढ़ी लिए भी स्नेहा दे दो, जी नवी नवी जनरेशन आ रही है बच्चों की, उन्होंने एक स्नेहा दे दो। देखो जी जिहड़ी नवीं जनरेशन है, मैं तो उन्होंने यही समझाना, सब तो पहला अपने माँ प्यो की इज्जत मान करो, फिर अपने उस्ताद की इज्जत करो, तो कोशिश करो पढ़ाई के नाल नाल गेमां भी को लो, क्यों साढ़े फुटबॉल की ग्राउंड भी है, फुटबॉल खेडो जैसे जिम आओ, तो इन पर सारा टाइम खराब करना, पढ़ाई भी जरूरी है वो दे नाल नाल, तो बड़ा मन खुश होता जी बच्चों देख के। ठीक है जी, बहुत बहुत मेहरबानी, शुक्रिया। ये जी सा मैंबर कमेटी के मैंबर जी थोड़े जे, तो बाकी हूँ आप बच्चों वाल चलते हैं जी, जो बच्चे वर्जिश कर रहे थोड़ा वो भी दिखा दें जी, बाकी जिम के भी दिखा रहे हैं जी, ठीक, बाकी थोड़ा बहुत बहुत मेहरबानी जी, शुक्रिया जी, ठीक है, सत श्रीकाल जी। ये हेल्थ क्लब जी जी माल गलों तो भौरे में सड़क जाती है उत्ते आ जी, ये सड़क भौरे चल गई जी, भौरे भौरे वाली सड़क तो है जी, ये
हाँ जी ओए बाकी हाथ रखो ठंड पीछा स्टार्ट ओके रेडी स्टार्ट चल उधर नु जाना सर्कल च जिगर सर्कल घूमना सर्कल
हाँ जी ਸਾਡੇ ਨਾਲ ਜਿਹੜੇ ਅਖਾੜੇ ਦੇ ਕੋਚ ਆ ਜਗਦੀਸ਼ ਵੀਰ ਜੀ ਉਹ ਵੀ ਸਾਡੇ ਨਾਲੇ ਮੌਜੂਦ ਆ ਆਓ ਅਸੀਂ ਉਹਨਾਂ ਨੂੰ ਵੀ ਦੋ ਚਾਰ ਗੱਲਾਂ ਪੁੱਛਦੇ ਹਾਂ ਜੀ ਕਿ ਉਹਨਾਂ ਦੇ ਦਿਲ ਦੇ ਵਿੱਚ ਕਿਹੜੀ ਕੀ ਤਮੰਨਾ ਆ ਜਿਹੜੀ ਆਉਣ ਵਾਲੀ ਨਵੀਂ ਜਨਰੇਸ਼ਨ ਆ ਜਾਂ ਨਵੀਂ ਪੀੜ੍ਹੀ ਆ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਆਪਣਾ ਨਾਂ ਦੱਸਿਓ ਪਹਿਲਾਂ ਮੇਰਾ ਨਾਂ ਜੀ ਜਗਦੀਸ਼ ਕੁਮਾਰ ਹੈ ਜੀ ਅੱਛਾ ਜੀ ਤੁਸੀਂ ਮਾਲਗੱਲਾਂ ਤੋਂ ਹੀ ਆ
हाँ जी मैं माल जिदा जलंधर तो आए हैं जी। अच्छा जी मैं 3 साल हो गए थे जिदा कोच लगे। अच्छा तुसी इत्थे आ। हाँ जी ठीक है जी। तो वीर जी सानू ये दसो तुसी हुण इत्थे कोचिंग दिंदे आ खड़ दे विच तां बच्चियां दा किन्ना गुस्सा आया इहदे विच जी? जी बच्चों नू देखा जाए तो तुसी देख ही चुके छोटे छोटे बच्चों नू बहुत ही ज़्यादा शौक आ। बाकी साडी सोच ये है कि सारे बच्चों नू वधिया तरीके नाल रखना वधिया गाइड करना सही रस्ते ते पाउणा। बाकी बच्चों नू काफ़ी शौक आ जिदा। ठीक है जी। हाँ जी ठीक है। ये सारे जिहड़े छोटे बच्चे पिंड दे या बाहरों भी पिंड तों आंदे जी? ये बाहरले पिंडां तों भी आए बाहरले जिलों तों भी आए अपने को मुंडे प्रैक्टिस करन वास्ते। हाँ जी तां कुछ जिदा हुण तुसीं मैं देखे मुंडे बहुत सोहणी सेहतां भी बहुत सोहणियां आ तां वर्जिश भी बहुत सोहणी आ तां पूरी मेहनत नाल अपनी भलवानी कर रहे आ तां किन्नियां कु कुश्तियां इस वेले अपने पिंड चों मुंडियां ने लड़ चुके आ जी? काफ़ी छिंजा लड़ के चुके हैं काफ़ी कंपटीशन भी लड़ लाया मुंडिया ने जिदा लगभग कोई गिनती नहीं हैगी जिदा। ठीक है जी। हाँ जी चलो तो बाकी जिहड़े मैंबर कमेटी है तो उन्हों का किन्ना योगदान है थोड़े साथ? जी उन्हों का जे कही जाए कहा जाए तो काफ़ी योगदान है बहुत ही संजोग है NRI वीर का भी पिंड का भी बड़ा साथ है संजोग है जी। ठीक है। तो सारे का मैं दिल तो धन्यवाद करता जी जिन्होंने इन्ना वधिया उपराला इतने शुरू किया आ बहुत ही वधिया चीज़ इनू बनाया आ वधिया तरीके चला रहे हैं। हुण मेरी सोच भी यही है कि दिल जान ला के इनू मैं अगे लैके जावां वध तों वध रिजल्ट देवां वध तों वध मुंडियां नू तैयार करां वधिया रिजल्ट आउण वधिया परफॉर्मेंस देण मुंडे। बहुत वधिया गल है जी। चलो तो आने वाली साडी जिहड़ी होर जनरेशन आ जां साडी यूथ आ जिहड़े हुण नशियां दे विच इस वेले गर्क हो रही उहनां दी जवानी उहनां लई तुहाडा की मैसेज आ? उहनां नू मैं यही मैसेज दऊंगा कि सब तों वड्डा धन जो है उह ते सेहत ही है जी क्योंकि सेहत तंदुरुस्त है तो सारा कुछ है जी। इस करके जनरेशन नू मैं यही कहूँगा कि चंगे रस्ते पो गेमा करो वधिया स्टडी करो चंगी संगत करो नशियां तो दूर रह के रहो माड़ी संगत नाल ही सारा कुछ होंदा है संगत अपनी वधिया रखो वधिया रस्ते ते वधिया ट्रैक ते मापिआं नू भी उहनां दे मैं कहूँगा कि वह भी अपने बच्चों वल ध्यान देण सही रस्ते ते पाउण गेमा वल लैके जाण खेडां वल लैके जाण। बाकी मैं यही कहना चाहना जी अजक जी। चलो ठीक है बहुत बहुत शुक्रिया भीर जी टाइम देने लिए थैंक यू जी वेरी मच। जी रविंदर सिंह माल मेमोरियल जिम माल गल साडे नाल जिम दे कोच साहब भी मौजूद है जी बाकी उन्हां नाल भी आपां 2-4 गल्लां करदे आं जी। सत श्री अकाल वीर जी। सत श्री अकाल भाई जी। भाई जी अपना नाम दस्सो। हुसैन मुहम्मद जी। हुसैन मुहम्मद। हाँ जी। अच्छा जी तां तुसीं मारा तो ही हैं जी? हाँ जी मारा तो हैं। अच्छा जी तां वीर जी तुसीं इस वेले कोच दी ड्यूटी दे रहे हैं इत्थे? हाँ जी बिल्कुल जी। किन्ना चिर हो गया जी? मैनूं 6 महीने हो गए। अच्छा ठीक है जी। हाँ जी तां की मोटो की अपना भाई जी जिद्दां हुण मुंडे मेहनत कर रहे आ अपनी जाने की सोहनी परसनैलिटी बनाउण लई तां की मोटो तुहाडा जी? मेरा तो यही है जी मोटिवेट जिदा हम अपनी बॉडी वधिया बनाउण जी नशे तो बचना जी
ਅਤੇ ਖੁਰਾਕ ਵਧੀਆ ਖਾਣ, ਡਾਇਟ ਆਪਣੀ ਜੋ ਵੀ ਵਧੀਆ ਲੈਂਦੇ ਹਾਂ ਆਪਾਂ ਦੱਸਦੇ ਹਾਂ, ਲੈ ਰਹੇ ਆ ਮੁੰਡੇ, ਅੱਗੇ ਹੋ ਵੀ ਰਹੇ ਆ ਗਰੋ, ਇੱਦਾਂ ਦੀ ਗੱਲ ਨਹੀਂ। ਤਾਂ ਮੁੰਡਿਆਂ ਦੇ ਵਿੱਚ ਜਿਹੜੇ ਨਵੇਂ ਨਵੇਂ ਜਿਮ ਜੁਆਇਨ ਕਰਦੇ ਉਹਨਾਂ 'ਚ ਇਹ ਹੁੰਦਾ ਕਿ ਅਸੀਂ ਛੇਤੀ ਛੇਤੀ ਬੋਡੀ ਬਣਾਈਏ, ਤਾਂ ਪਾਊਡਰ ਵਗੈਰਾ ਸਟੀਰੋਇਡ ਵਗੈਰਾ ਬਹੁਤ ਲੈਂਦੇ ਆ, ਤਾਂ ਉਹਦੇ ਮੁਤਾਬਿਕ ਤੁਹਾਨੂੰ ਦੱਸੋ ਕਿ ਉਹ ਕੀ ਡਾਇਟ ਚਾਹੀਦੀ ਉਹਨਾਂ ਨੂੰ ਆਪਣੀ ਬੋਡੀ ਵਧੀਆ ਪਰਫੈਕਟ ਬਣਾਉਣ ਲਈ। ਇੱਦਾਂ ਜੀ ਆਪਾਂ ਜਿਹੜੇ ਡਰੱਗ ਆ ਸਟੀਰੋਇਡ ਆ ਇਹਨਾਂ ਤੋਂ ਪਰਹੇਜ਼ ਵਧੀਆ ਆ। ਠੀਕ ਹੈ। ਦੂਜੀ ਗੱਲ ਇਹ ਹੈ ਜੇ ਜਿੰਨਾ ਆਪਾਂ ਨੈਚੁਰਲੀ ਚੱਲਾਂਗੇ ਉਨਾ ਆਪਾਂ ਲੌਂਗ ਚੱਲਾਂਗੇ। ਹਾਂਜੀ, ਜਿਹੜੀ ਨੈਚੁਰਲ ਡਾਇਟ ਹੈ ਉਹੀ ਵਧੀਆ, ਨੈਚੁਰਲ ਸਭ ਨੂੰ ਬੈਸਟ ਹੈ। ਠੀਕ ਹੈ, ਠੀਕ ਹੈ। ਤਾਂ ਮੁੰਡੇ ਹੁਣ ਆਪਣੇ ਕਿੱਦਾਂ ਕੰਪੀਟੀਸ਼ਨ 'ਚ ਵੀ ਜਾਣ ਲਈ ਹੈਗੇ ਮੁੰਡੇ ਤਿਆਰ ਕੀਤੇ ਹੋ ਜੀ? ਨਹੀਂ ਹਜੇ ਤਾਂ ਫਿਲਹਾਲ ਨਹੀਂ, ਹਜੇ ਗੋਲ ਸੈੱਟ ਹੋ ਰਿਹਾ ਮੁੰਡਿਆਂ ਦੇ ਵਿੱਚ, ਕਈਆਂ ਦੇ ਤਾਂ ਮਾਇੰਡ ਸੈੱਟ ਵੀ ਨਹੀਂ ਹੈ, ਇਹ ਗੱਲ ਹੈ ਜੀ। ਵਿੱਚ ਕਰਾਂਗੇ, ਬਾਕੀ ਸਟੈਪ ਬਾਏ ਸਟੈਪ ਚੱਲਦਾ। ਹਾਂਜੀ ਹਾਂਜੀ ਹਾਂਜੀ, ਠੀਕ ਠੀਕ ਹੈ। ਹਾਂਜੀ, ਚਲੋ, ਥੈਂਕ ਯੂ ਬਹੁਤ 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 ਤੁਹਾਡੀ ਮਿਹਰਬਾਨੀ ਵੀਰ ਜੀ, ਥੈਂਕ ਯੂ। ਠੀਕ ਹੈ, ਫੜੀ ਚੱਲੋ, ਪਤਾ ਫੜੀ ਚੱਲੋ, ਲੈ ਬਾਅਦ 'ਚ ਕਰ ਲਿਓ ਚੇਂਜ। ਦੂਜੀ ਮੈਨੂੰ ਮੈਂ ਐਡਵਾਈਸ ਕਰਨੀ ਚਾਹੁੰਦਾ ਤੁਹਾਨੂੰ, ਜਦੋਂ ਤੁਸੀਂ ਖੇਡਦੇ ਸੀ ਨਾ, ਜੇ ਮੈਨੂੰ ਲੱਗਾ ਕਿ ਕੋਈ ਇਹੋ ਜਿਹਾ ਨਾ ਹੋਵੇ ਕਿ ਫਾਊਲ ਮਾਰ ਕੇ ਦੂਜੇ ਨੂੰ ਦੱਸੋ, ਨੈਵਰ ਨੈਵਰ ਗੇਨ ਜਿੱਤ ਜਿਹੜੀ ਹੁੰਦੀ ਹੈ ਨਾ, ਇਸ ਕੁਐਸਚਨ ਆਫ ਟੇਕਿੰਗ ਕੰਪੀਟੀਸ਼ਨ, ਚਾਹੇ ਹਾਰ ਗਏ ਚਾਹੇ ਜਿੱਤ ਗਏ, ਦੈਟ ਡਜ਼ਨਟ ਮੈਟਰ, ਉਹਦੀ ਨਹੀਂ ਮਤਲਬ ਹੁੰਦਾ, ਤੁਹਾਡਾ ਕੰਪੀਟੀਸ਼ਨ ਜਿਹੜਾ ਤੁਸੀਂ ਲੈ ਰਹੇ ਹੋ ਉੱਥੇ ਦਰਸ ਮੇਨ ਥਿੰਗ। ਜਿੱਤ ਹਾਰ ਇਹ ਤਾਂ ਠੀਕ ਆ ਕਿ ਇਨਸਾਨ ਨੂੰ ਜਿੱਤ ਚਾਹੀਦੀ ਆ, ਪਰ ਜੇ ਹਾਰ ਵੀ ਗਏ ਨਾ, ਡੋਂਟ ਲੂਜ਼ ਯੋਰ ਟੈਂਪਰ, ਅਤੇ ਕਦੇ ਵੀ ਕਿਸੇ ਦੇ ਫੋਨ ਮਾਰ ਕੇ ਜਿੱਤਣ ਦੀ ਕੋਸ਼ਿਸ਼ ਨਾ ਕਰੋ। ਅਤੇ ਦੂਜਾ ਸੀਗਾ ਇੱਕ ਮੁੰਡਾ ਮੈਨੂੰ ਸੀਗਾ ਹੁਸੈਨ, ਆਹ ਵਾਸ ਸੋ ਪ੍ਰਾਊਡ ਕਿ ਸਾਡੇ ਵਿੱਚੋਂ ਨਾ ਇਹ ਨੰਬਰ 2 ਤੇ ਆਇਆ ਬੋਡੀ ਬਿਲਡਿੰਗ ਦੇ ਵਿੱਚ। Eventually all of you will one day be taking part in competition, big competition. These youngsters will be following you a lot. So I'm so glad ke jehde youngster hai na unhon hun test ho gaya, eh interest jehda hunda bachiyan da vich is tarah aa gaya te oh kadi umar bhar nahi bhullende, sade vich sardar tanna singh baithe aa। ਜੇ ਅੱਜ ਮੈਂ ਉਹਨੂੰ ਕਹਾਂ ਨਾ ਵੀ ਲਗੋਟਾ ਲਾ ਲਓ, ਕਿਉਂਕਿ ਉਹਨਾਂ ਦਾ ਬਚਪਨ ਦਾ ਇਹ ਇੰਟਰਸਟ ਆ, ਅੱਜ ਵੀ ਉਹ ਲਗੋਟਾ ਲਾ ਕੇ ਖੜ ਜਾਣਗੇ। ਇਹ ਇੰਟਰਸਟ ਹੁੰਦਾ ਜਦੋਂ ਇੱਕ ਵਾਰ ਬਚਪਨ ਵਿੱਚ ਬਹਿ ਗਿਆ, ਯੂ ਵਿਲ ਨੈਵਰ ਫੋਰਗੈਟ। ਕਮੇਟੀ ਵੱਲੋਂ ਜਿੰਨੇ ਵੀ ਸਾਡੇ ਵੀਰਾਂ ਨੇ ਇਹਦੇ ਵਿੱਚ ਯੋਗਦਾਨ ਪਾਇਆ, NRI ਭਰਾਵਾਂ ਨੇ ਪਾਇਆ, ਸਭ ਤੋਂ ਪਹਿਲਾਂ ਸਾਰਿਆਂ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਉਸ ਤੋਂ ਬਾਅਦ ਕਈ ਸਾਡੇ ਵੀਰ ਭਰਾ ਉਹ ਵੀ ਨੇ ਜਿਹੜੇ ਬੇਸ਼ੱਕ ਇਸ ਪਿੰਡ ਦੇ ਵਸਨੀਕ ਨਹੀਂ, ਪਰ ਉਹਨਾਂ ਦਾ ਬੜਾ ਯੋਗਦਾਨ ਆ ਇਹਦੇ ਵਿੱਚ, ਅਤੇ ਉਹਨਾਂ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਸਾਡੀ ਇੱਕ ਸੋਚ ਸੀ ਕਿ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਇੱਕ ਸਪੋਰਟਸ ਸੈਂਟਰ ਤਿਆਰ ਕੀਤਾ ਜਾਵੇ, ਅਤੇ ਉਹਦੀ ਤਿਆਰੀ ਜਿਹੜੀ ਆ ਕਈ ਸਾਲਾਂ ਤੋਂ ਅਸੀਂ ਕਰ ਰਹੇ ਸੀ, ਅਤੇ ਲਗਭਗ ਤਕਰੀਬਨ ਕੰਮ ਤਾਂ ਇੱਕ ਖੈਰ ਖਤਮ ਨਹੀਂ ਹੁੰਦੇ ਪਰ ਖਤਮ ਕੰਪਲੀਟ ਹੋ ਚੁੱਕਿਆ ਇਹ। ਅਤੇ ਹੁਣ ਅਸੀਂ ਆਉਣ ਵਾਲੀ ਜਨਰੇਸ਼ਨ ਨੂੰ ਇਹੀ ਸਾਡੇ ਵੱਲੋਂ ਮੈਸੇਜ ਆ ਬੱਚਿਆਂ ਨੂੰ ਬਈ ਉਹ ਵੱਧ ਤੋਂ ਵੱਧ ਇਹਦਾ ਲਾਹਾ ਲੈਣ, ਅਤੇ ਸਾਡੀ ਸੋਚ ਸੀ ਕਿ ਯੂਥ ਨੂੰ ਅਤੇ ਆਉਣ ਵਾਲੀ ਜਨਰੇਸ਼ਨ ਨੂੰ ਨਸ਼ਿਆਂ ਤੋਂ ਮਾੜੀ ਸੰਗਤ ਤੋਂ ਕਿਵੇਂ ਬਚਾਇਆ ਜਾਵੇ। ਸੋ ਬਾਕੀ ਰੂਲ ਐਂਡ ਰੈਗੂਲੇਸ਼ਨ ਸਾਰਿਆਂ ਲਈ ਇੱਕੋ ਜਿਹੇ ਨੇ, ਕੋਈ ਵੀ ਵੈਸੇ ਅਸੀਂ ਲਿਖ ਕੇ ਵੀ ਲਾ ਦਿੱਤਾ ਆ ਉੱਤੇ ਸਾਰੇ ਰੂਲ ਐਂਡ ਰੈਗੂਲੇਸ਼ਨ, ਉਹਨਾਂ ਨੂੰ ਸਾਰਿਆਂ ਨੇ ਫਾਲੋ ਕਰਨਾ। ਅਤੇ ਬਾਕੀ ਜੋ ਇਹਦਾ ਸਿਸਟਮ ਹੈ ਸਾਰਾ ਅਸੀਂ ਬਾਹਰ ਬੈਠ ਕੇ ਰਨ ਕਰ ਰਹੇ ਹਾਂ, ਚਲਾ ਰਹੇ ਹਾਂ, ਸਾਡੇ ਕੋਲ ਕੈਮਰਾ ਸਿਸਟਮ ਸਾਰੇ ਉੱਥੇ, ਕੋਈ ਨਾ ਕੋਈ ਜਦੋਂ ਵੀ ਪ੍ਰੈਕਟਿਸ ਸ਼ਾਮ ਦੀ ਹੋਵੇ ਸਵੇਰ ਦੀ ਹੋਵੇ ਕੋਈ ਨਾ ਕੋਈ ਉੱਥੇ
ऑनलाइन ही होंगे बैठा हों सब दाज कर रहा देख रहा है तो उसके बावजूद भी कोई यदि उलंघना या कोई कर रहा कोई माड़ा मोटा है जिदा साढ़े इतने है मैंबर ने जोड़े वर्किंग कमेटी के मक्खन सिंह जैसा भाजी परगन या अखबार या सरपंच साहब ने जे अच कोई शामिल नहीं होने वो उन्होंने असी प्यार सारे गल करेंगे उन्होंने बाकी तुम सारे आप समझदार हो ये थोड़ी चीज़ थोड़े लिए तैयार की गई है क्योंकि इन्ह बारे जोड़े एन आर आई साढ़े वीर है उन्होंने किसी ने ना बच्चों ने ना उन्होंने आना ये सिर्फ एक थोड़े लिए ही सारिया लिए आ जिन्हें भी इतने आले दुआले जिन्हें पिंड उन्होंने चीज़ बनाई गई है इस चीज़ का लाहा लेना चाहिए तो नशिया तो माड़ी संगत तो दूर रहो कोई भी खेड खेडो स्पोर्ट्स की जो भी करो तो भाग लाओ अपनी एजुकेशन तो मैं एक गल कहना हूं कि चैंपियन बनने की बाद की गल है पहले एक चंगा इंसान बनना बहुत जरूरी है तो वो एजुकेशन बड़ी जरूरी है तो पढ़ाई लिखाई बहुत जरूरी है संजम का होना संस्कार का होना इस लाइन के बहुत वही गल है तो बाकी एक बार फिर अपने वालों सारे मैं सारे का धन्यवाद करता वाहेगुरु जी का खालसा वाहेगुरु ये है जी पिंड माल गैलां तो मैंबर कमेटी जी बच्चे सरपंच साहब भी मौजूद ने कोच साहब भी मौजूद ने जोरदार एक पास वड्डा प्रदर्शन है और सरजीत सिंह जी माल गल आप ग्राउंड च आए हैं मुंडा की डेली जिनी भी एको एक एरिए जो भरा ने खाड़ा खोलिया क्लब खोलिया हुआ है जिसे 25-30 कैमरे लगे हुए हैं जिनी भी तुम मेहनत करते हो तकरीबन जिन्हें भी एन आर आई भरा जुड़े सारे इन्हों की मेहनत देखते बच्चों की बाहर बैठे इन कहते भी वही प्रफुल्लित देती है खड़े को आप धनबाद को नजारा क्लब के बड़े पद्धर से चलाते हैं तो सामने देखा सारे जो है जिम्मेवारी बनी पई है पास देखा ना दोनों टीमों के दौरान वाला प्रदर्शन चलता है जिथे रस्ता छड़िया से फिसल तो बाद उसे टिका गया ताड़ियां मारते दोनों टीमों के लिए बस हम अहम कहते प्रदर्शन कर रही टीम है बस सामने देखा तजर्बा बड़ा बोलता है श्री गुरु गोबिंद सिंह कबड्डी क्लब माछी मेरा जल्दी का टीम आगे चौंक
छड़ के दोनों जोड़ियाँ छड़ के।